ਜ਼ਿੰਦਗੀ ਕਰਨਾ ਚਾਹੁੰਦੇ ਹਾਂ, ਆਹ ਡਰਾਇੰਗ ਬਣਾਉਣਾ ਚਾਹੁੰਦੇ ਹਾਂ, ਠੀਕ ਹੈ। ਹੁਣ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਸਾਨੂੰ ਇੱਕ 100x80 ਦਾ ਰੈਕਟੈਂਗਲ ਨਜ਼ਰ ਆ ਰਿਹਾ ਹੈ ਨਾ। ਅਤੇ ਹੁਣ ਸਾਨੂੰ ਆਟੋਕੈਡ ਦੇ ਵਿੱਚ ਕੀ ਆਉਂਦਾ ਹੈ, ਸਾਨੂੰ ਲਾਈਨ ਲਗਾਉਣੀ ਆਉਂਦੀ ਹੈ। ਲਾਈਨ ਕਮਾਂਡ ਲਈ ਕਲਿੱਕ ਕੀਤਾ, ਡਾਇਰੈਕਸ਼ਨ ਦੇ ਕੇ ਵੈਲਿਊ 100/80 ਇੱਦਾਂ ਹੋਊ, ਠੀਕ ਹੈ। ਉਹ ਸਰ ਕੰਪਿਊਟਰ ਔਨ ਕੀਤਾ ਮੈਂ, ਠੀਕ ਹੈ। ਹੁਣ ਆਪਾਂ ਕੀ ਕਰਨਾ ਚਾਹੁੰਦੇ ਹਾਂ, ਆਪਾਂ ਆਫਸੈਟ ਕਰਨਾ ਚਾਹੁੰਦੇ ਹਾਂ। ਇੱਕ ਕਮਾਂਡ ਹੈ ਸਾਡੇ ਕੋਲ ਆਫਸੈਟ, ਆਫਸੈਟ ਇਹਦੇ ਨਾਲ ਕੀ ਹੋਊਗਾ, ਪੈਰਲਲ ਲਾਈਨ ਲੱਗੂਗੀ। ਆਫਸੈਟ ਕਰਨਾ ਚਾਹੁੰਦੇ ਹਾਂ ਕਿੰਨਾ, ਮੈਂ ਕਿਹਾ ਜੀ 25, ਕਿਹਨੂੰ ਮੈਂ ਕਿਹਾ ਜੀ ਇਹਨੂੰ, ਕਿੱਧਰਲੇ ਪਾਸੇ ਮੈਂ ਕਿਹਾ ਜੀ। ਅਤੇ 25 ਆਫਸੈਟ ਹੋ ਜਾਊਗਾ, ਮੇਰੇ ਕੋਲ ਇੱਕ ਲਾਈਨ ਲੱਗੀ ਹੈ, ਮੈਂ ਇਹਨੂੰ ਆਫਸੈਟ ਕਰਨਾ ਚਾਹੁੰਦਾ 20 ਡਿਸਟੈਂਸ 'ਤੇ, 20 ਲਿਖ ਕੇ ਐਂਟਰ ਕਰ ਦਿੰਦਾ ਇਹਨੂੰ ਇੱਧਰ। ਜੇ ਲਾਈਨ ਕਿਸੇ ਐਂਗਲ 'ਤੇ ਹੋਊਗੀ ਤਾਂ ਆਫਸੈਟ ਵੀ ਐਂਗਲ 'ਤੇ ਹੋਊਗਾ, ਜੇ ਲਾਈਨ ਸਿੱਧੀ ਹੋਊਗੀ ਤਾਂ ਆਫਸੈਟ ਵੀ ਉਸੇ। ਹੁਣ ਲਾਈਨ ਦੇ ਦੋ ਸਾਈਡ ਹੋ ਸਕਦੇ, ਇੱਧਰ ਜਾਂ ਇੱਧਰ, ਜਿੱਧਰਲੇ ਪਾਸੇ ਕਲਿੱਕ ਕਰ ਦਾਂਗੇ ਉੱਧਰ ਆਫਸੈਟ ਹੋ ਜਾਊਗਾ, ਠੀਕ। ਹੁਣ ਜੇ ਆਪਾਂ ਡਰਾਇੰਗ ਦੇਖੀਏ ਤਾਂ ਸਾਨੂੰ ਆਹ ਡਿਸਟੈਂਸ ਦਿਖ ਰਿਹਾ 5 ਦਾ, ਇਹਨਾਂ ਦੋਨੋਂ ਲਾਈਨਾਂ ਦੇ ਵਿੱਚ 5 ਦਾ ਡਿਸਟੈਂਸ। ਹੈਲੋ, ਹੋ ਗਿਆ ਵੀਰ, ਮੈਂ ਭੁੱਲ ਗਿਆ ਆਪਣਾ। ਠੀਕ, 5 ਦਾ ਡਿਸਟੈਂਸ, ਠੀਕ ਹੈ। ਇੱਧਰ ਵੀ 5 ਦਾ ਡਿਸਟੈਂਸ, ਇਹ 100, ਇਹ 95, ਯਾਨੀ ਇਹਨਾਂ ਦੋਨੋਂ ਲਾਈਨਾਂ 'ਚ ਵੀ 5 ਦਾ ਡਿਸਟੈਂਸ, ਅਤੇ ਇੱਧਰੋਂ ਵੀ 5 ਦਾ ਡਿਸਟੈਂਸ। ਅਸੀਂ ਕੀ ਕਰਾਂਗੇ, ਆਫਸੈਟ ਕਰ ਦਾਂਗੇ 5, ਇਹਨੂੰ ਇੱਧਰ, ਇਹਨੂੰ ਇੱਧਰ, ਇਹਨੂੰ ਇੱਧਰ, ਇਹਨੂੰ। ਜੇ ਡਿਸਟੈਂਸ ਸੇਮ ਹੈ ਤਾਂ ਅਸੀਂ ਇਕੱਠੇ ਹੀ ਆਫਸੈਟ ਕਰ ਸਕਦੇ, ਜੇ ਡਿਸਟੈਂਸ ਚੇਂਜ ਹੈ ਫਿਰ ਸਾਨੂੰ ਦੁਬਾਰਾ ਕਮਾਂਡ ਲੈਣੀ ਪੈਣੀ। ਸਰ ਇਹਦਾ ਵੀ ਹੁੰਦਾ ਹੈ ਹੈਂ, ਸ਼ੋਰਟਕੱਟ? ਹਾਂ, ਸ਼ੋਰਟਕੱਟ ਉਹ ਲਿਖ ਕੇ ਐਂਟਰ ਕਰ ਦਾਂਗੇ ਤਾਂ ਆਫਸੈਟ ਸ਼ੁਰੂ ਹੋ ਜਾਊਗਾ, ਠੀਕ ਹੈ। ਲਾਈਨ ਵਾਸਤੇ ਐਲ ਉਹ ਲਿਖ ਕੇ ਐਂਟਰ ਕਰ ਦਾਂਗੇ ਤਾਂ ਆਫਸੈਟ। ਹੁਣ ਸਾਨੂੰ ਕੀ ਨਜ਼ਰ ਆ ਰਿਹਾ, ਆਹ 25 ਡਿਸਟੈਂਸ ਹੈ, ਆਹ ਵੀ 25 ਡਿਸਟੈਂਸ ਹੈ, ਆਹ 50 ਡਿਸਟੈਂਸ ਹੈ, ਇੱਥੋਂ ਦੀ ਇੱਥੇ ਤੱਕ, ਇੱਥੋਂ ਦੀ ਇੱਥੇ ਤੱਕ 50, ਆਹ 5 ਹੈ, ਯਾਨੀ ਕਿ ਆਹ ਵੀ 25 ਹੋ ਗਿਆ, ਠੀਕ ਹੈ। ਇਹ 25, ਇਹ 50 ਤਾਂ ਇਹ ਵੀ 25 ਹੋ ਗਏ, ਇਹ 25, ਇਹ 50 ਤਾਂ ਇਹ ਵੀ 25 ਹੋ ਗਏ। ਅਸੀਂ ਕੀ ਕਰਦੇ ਹਾਂ, ਆਫਸੈਟ ਕਰ ਦਿੰਦੇ ਹਾਂ 25, ਇਹਨੂੰ ਇੱਧਰ, ਇਹਨੂੰ ਇੱਧਰ, ਇਹਨੂੰ ਇੱਧਰ, ਇਹਨੂੰ, ਠੀਕ। ਕਿਉਂ ਕੀਤਾ, ਤਾਂ ਕਿ ਅਸੀਂ ਇਸ ਪੁਆਇੰਟ ਨੂੰ, ਇਸ ਪੁਆਇੰਟ ਨੂੰ ਅਤੇ ਇਸ ਪੁਆਇੰਟ ਨੂੰ ਮਿਲਾ ਸਕੀਏ। ਓਬਜੈਕਟ ਸਨੈਪ ਸਾਡਾ ਔਨ ਹੈ, ਲਾਈਨ ਲਵਾਂਗੇ ਅਤੇ ਪੁਆਇੰਟ ਬਲਿੰਕ ਕਰੂੰਗਾ, ਇਹਨੂੰ, ਇਹਨੂੰ ਅਤੇ ਇਹਨੂੰ ਮਿਲਾ। ਜਿਹੜੀਆਂ ਲਾਈਨਾਂ ਦਾ ਕੰਮ ਖਤਮ, ਉਹਨਾਂ ਨੂੰ ਡਿਲੀਟ ਕਰ, ਠੀਕ। ਦੁਬਾਰਾ ਦੇਖੀ, ਕੀਤਾ ਲਾਈਨ ਲਿੱਤੀ, ਔਰਥੋ ਔਨ ਕੀਤਾ, 100/80, 100/80, ਠੀਕ ਹੈ। ਆਫਸੈਟ ਕੀਤਾ 5, ਇਹਨੂੰ ਇੱਧਰ, ਇਹਨੂੰ ਇੱਧਰ, ਇਹਨੂੰ ਇੱਧਰ, ਇਹਨੂੰ, ਠੀਕ ਹੈ। ਫਿਰ ਆਫਸੈਟ ਕੀਤਾ 25, ਇਹਨੂੰ ਇੱਧਰ, ਆਫਸੈਟ 25, ਇਹਨੂੰ ਲਾਈਨ ਇੱਧਰ, ਫਿਰ 25 ਕਰਾਂਗੇ ਤਾਂ 50 ਹੋ ਜੂਗਾ, 25, 50, ਫਿਰ ਲਾਈਨ ਲੈ ਕੇ ਆਪਾਂ ਇਹਨੂੰ, ਇਹਨੂੰ ਅਤੇ ਇਹਨੂੰ ਮਿਲਾ ਸਕਦੇ। ਫਾਲਤੂ ਦੀ ਲਾਈਨ ਆ,
ਆ ਜਿੱਦਾਂ ਸਪੀਕ ਹੋਣਾ ਜੀ ਖੁੱਲੀ ਜੀ ਹਾਂ 18 ਪੈਂਟ ਚੇਪ ਹੋਊਗੀ ਹਾਂ ਇੱਦਾਂ ਹੀ ਹੁੰਦੀ ਉਹ ਇਹਦਾ ਭਾਈ ਨੇ ਲਗਾਈ 2007 ਵੀ ਹੋਊਗੀ ਉਹ 7 ਅਤੇ ਹੁਣ 16 ਚੱਲ ਰਿਹਾ ਹੁਣ ਕਿਹੜਾ ਸਨ ਚੱਲਦਾ ਪਿਆ 2016 ਚੱਲਦਾ ਪਿਆ ਕਿ 17 ਚੱਲਦਾ ਪਿਆ 17 ਆ ਗਿਆ ਅਤੇ ਹੁਣ ਤੁਸੀਂ 7 ਦੀਆਂ ਗੱਲਾਂ ਕਰੋਗੇ ਤਾਂ ਉਹ ਤਾਂ ਜ਼ਮਾਨਾ ਬੜਾ ਪੁਰਾਣਾ ਹੋ ਗਿਆ ਠੀਕ ਹੈ ਨਾ 10 ਸਾਲ ਪਹਿਲਾਂ ਦੀ ਗੱਲ ਕਰ ਰਹੇ ਹੋ ਤੁਸੀਂ 10 ਸਾਲ ਪਹਿਲਾਂ ਤੁਸੀਂ ਕਿਹੜੀ ਕਲਾਸ 'ਚ ਸੀਗੇ ਇਹ ਸੋਚਣਾ ਪੈਣਾ ਠੀਕ ਹੈ ਅਤੇ ਤੇਰੀ ਦਾੜੀ ਸੀਗੀ ਉਹ ਇੰਨੀ ਮੁੱਛਾਂ ਸੀਗੀਆਂ ਪੱਗ ਸੀਗੀ ਬਸ ਬੰਦਾ ਤਾਂ ਉਹ ਹੀ ਹੈ ਤੁਰਦਾ ਤਾਂ ਉੱਦਾਂ ਹੀ ਹੈ ਗੱਲ ਵੀ ਉੱਦਾਂ ਹੀ ਕਰਦਾ ਸਾਰਾ ਕੁਝ ਸੇਮ ਹੈ ਪਰ ਸ਼ਕਲ ਬਦਲ ਗਈ ਬਸ ਠੀਕ ਹੈ ਕੋਈ ਫਰਕ ਨਹੀਂ ਹੈ ਲਾਈਨ ਨੇ ਉੱਦਾਂ ਹੀ ਕੰਮ ਕਰਨਾ ਆਫਸੈਟ ਨੇ ਉੱਦਾਂ ਹੀ ਕੰਮ ਕਰਨਾ ਔਰਥੋ ਨੇ ਉੱਦਾਂ ਹੀ ਕੰਮ ਕਰਨਾ ਆਫਜੈਟ ਸਨੈਪ ਨੇ ਉੱਦਾਂ ਹੀ ਕੰਮ ਕਰਨਾ ਬਸ ਉਹਨਾਂ ਦੀ ਸ਼ਕਲ ਬੱਚਿਆਂ ਵਾਲੀ ਹੋਣੀ ਠੀਕ ਹੈ ਹੁਣ ਪੜ੍ਹੇ ਲਿਖੀ ਹੈ ਬਸ ਇੰਨਾ ਹੀ ਫਰਕ ਹੈ ਸਮਝਿਆ ਜੀ ਅਸੀਂ ਗੱਲ ਕਰ ਰਹੇ ਸੀਗੇ ਕਿ 5 ਦਾ ਆਫਸੈਟ ਹੋ ਗਿਆ ਆਹ ਵੀ 5 ਇਹ 25 50 25 ਵਾਲੀ ਵੀ ਹੋ ਗਈ 50 ਵਾਲੀ ਵੀ ਹੋ ਗਈ ਲਾਈਨਾਂ ਵੀ ਲੱਗ ਗਈਆਂ ਹੁਣ ਆਪਾਂ ਕਮਾਂਡ ਕਰਨੀ ਹੈ ਇੱਕ ਫਿਲਟ ਫਿਲਟ ਕੀ ਹੁੰਦਾ ਆਹ ਦੇਖੋ ਜਿੰਨੇ ਵੀ ਸਾਡੇ ਕੋਰਨਰ ਹੈਗੇ ਅਸੀਂ ਗੋਲ ਕਰ ਦਿੰਦੇ ਹਾਂ ਫਿਲਟ ਦੇ ਨਾਲ ਫਿਲਟ ਰਾਈਟ ਕਲਿੱਕ ਰੇਡੀਅਸ 10 ਕਿਹਦੀ ਕਿਹਦੇ ਵਿੱਚ ਇਹਦੇ ਵਿੱਚ ਇਹ ਰੇਡੀਅਸ ਜਿਹੜਾ ਹੈਗਾ 10 ਦਾ ਠੀਕ ਹੈ ਯਾਨੀ ਕਿ ਸਾਡੇ ਕੋਲ ਕੋਰਨਰ ਹੋਊਗਾ ਅਸੀਂ ਇਹਦਾ ਸ਼ਾਰਪ ਐਜ ਨੂੰ ਗੋਲ ਕਰਨਾ ਫਿਲਟ ਰਾਈਟ ਕਲਿੱਕ ਰੇਡੀਅਸ 10 ਦੋਨੋਂ ਲੈਣਾ ਆਹ ਦੇਖੋ ਸਾਰੀਆਂ ਚੀਜ਼ਾਂ ਗੋਲ ਹੁੰਦੀਆਂ ਮਾਊਸ 'ਚ ਕੋਰਨਰ ਸ਼ਾਰਪ ਐਜ ਹੋਊਗਾ ਤਾਂ ਉਹ ਸੱਟ ਮਾਰੂਗਾ ਲੋਹੇ ਦੀ ਹੈ ਨਾ ਆਹ ਦੇਖੋ ਇਹ ਲੈਪਟੋਪ ਦੇ ਕੋਰਨਰ ਵੀ ਗੋਲ ਹੈ ਜੀ ਇਹਦੇ ਵੀ ਕੋਰਨਰ ਫੋਨ ਦੇ ਕੋਰਨਰ ਸ਼ਾਰਪ ਐਜ ਕੁਛ ਨਹੀਂ ਹੁੰਦਾ ਸਾਨੂੰ ਫਿਲਟ ਲਗਾਉਣੀ ਪੈਂਦੀ ਹੈ ਹਰ ਜਗ੍ਹਾ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਠੀਕ ਹੈ ਸਾਡੇ ਕੋਲ 2 ਲਾਈਨਾਂ ਹੈਗੀਆਂ ਫਿਲਟ ਲਿੱਤੀ ਰਾਈਟ ਕਲਿੱਕ ਰੇਡੀਅਸ 10 ਦੋਨੋਂ ਲਾਈਨਾਂ ਨੂੰ ਸਿਲੈਕਟ ਕਰਾਂਗੇ ਤਾਂ ਫਿਲਟ ਲਗਾਉਂਗੇ ਜੇ ਲਾਈਨਾਂ ਦੂਰ ਹੋਈਆਂ ਤਾਂ ਵੀ ਫਿਲਟ ਲੱਗ ਜਾਂਦੀ ਜੇ ਲਾਈਨਾਂ ਇੱਕ ਦੂਜੇ ਨੂੰ ਇੰਟਰਸੈਕਟਿੰਗ ਹੋਈਆਂ ਫਿਰ ਵੀ ਫਿਲਟ ਲੱਗ ਜਾਂਦਾ ਹੁਣ ਆਪਾਂ ਡਰਾਇੰਗ ਜੇ ਆਪਾਂ ਦੇਖੀਏ ਤਾਂ ਇੱਥੇ ਦੇਖੋ 5 ਦਾ ਰੇਡੀਅਸ ਲੱਗਿਆ ਇੱਥੇ 10 ਦਾ ਇੱਥੇ 25 ਦਾ ਠੀਕ ਹੈ ਤਾਂ ਸਾਨੂੰ ਕੀ ਆਉਂਦਾ ਹੈਗਾ ਫਿਲਟ ਰਾਈਟ ਕਲਿੱਕ ਰੇਡੀਅਸ ਹਰ ਵਾਰ ਰਾਈਟ ਕਲਿੱਕ ਕਰਕੇ ਰੇਡੀਅਸ ਦੱਸਣਾ ਹੀ ਪੈਣਾ ਠੀਕ ਹੈ ਕਿਉਂਕਿ ਉਹਨੂੰ ਕੀ ਪਤਾ ਕਿੰਨਾ ਰੇਡੀਅਸ ਲਗਾਉਣਾ ਫਿਲਟ ਇੱਥੇ ਕਲਿੱਕ ਵੀ ਕਰ ਸਕਦੇ ਹਾਂ ਰੇਡੀਅਸ ਮੈਂ 2007 ਦੇ ਵਿੱਚ ਨਹੀਂ ਹੋਊਗਾ ਫਿਰ ਉੱਥੇ ਰਾਈਟ ਕਲਿੱਕ ਹੀ ਕਰਨਾ ਪੈਣਾ ਉੱਥੇ ਹੁਣ 7 ਅਤੇ ਇਹਦੇ ਵਿੱਚ ਫਰਕ ਕੀ ਹੈਗਾ ਹੈ ਹੁਣ ਫਿਲਟ ਲੈ ਕੇ ਮੈਂ ਇੱਥੇ ਕਲਿੱਕ ਕਰ ਸਕਦਾ 17 ਦੇ ਵਿੱਚ ਪਹਿਲਾਂ ਨਹੀਂ ਕਰ ਸਕਦਾ ਸੀ ਔਰ ਇੰਨਾ ਹੀ ਫਰਕ ਹੈ ਬਾਕੀ ਸਾਰਾ ਕੁਛ ਆਸਾਨ ਹੋਇਆ ਮੁਸ਼ਕਿਲ ਨਹੀਂ ਹੋਇਆ ਕੁਛ ਜਿੱਦਾਂ ਪਹਿਲਾਂ ਮਰੂਤੀ ਗੱਡੀ ਸੀਗੀ ਠੀਕ ਹੈ ਹੁਣ ਮਰੂਤੀ ਵਾਲਿਆਂ ਦੀ ਆਉਂਦੀ ਹੈ ਸਵਿਫਟ ਡਿਜ਼ਾਇਰ ਇਹ ਤਾਂ ਮਰੂਤੀ ਹੈਗੀ ਹੈ ਠੀਕ ਹੈ ਉਹੀ ਫਰਕ ਸਮਝ ਫਿਲਟ ਰਾਈਟ ਕਲਿੱਕ ਰੇਡੀਅਸ 5 ਦਾ ਫਿਲਟ ਰਾਈਟ ਕਲਿੱਕ ਰੇਡੀਅਸ 10 ਦਾ ਫਿਲਟ ਰਾਈਟ ਕਲਿੱਕ ਰੇਡੀਅਸ 25 ਦਾ ਠੀਕ ਨੈਕਸਟ ਆਪਸ਼ਨ ਆਪਾਂ ਜਿਹੜੀ ਕਰਨੀ ਹੈਗੀ ਹੈ ਇਹ ਚੈਂਫਰ ਲੱਗੀ ਹੋਈ ਹੈ 10 × 45 ° 5 × 45 ° ਜੇ ਸ਼ਾਰਪ ਐਜ ਉਹ ਹੋਵੇ ਇਹਨੂੰ ਗੋਲ ਕਰਨਾ ਤਾਂ ਫਿਲਟ ਜੇ ਇਹਨੂੰ ਸਿੱਧਾ ਰੱਖਣਾ ਤਾਂ ਚੈਂਫਰ ਉਹਦੇ ਤੋਂ ਕੀ ਲਿਆ ਫਿਲਟ ਤੋਂ ਇਹ ਫਿਲਟ ਇਹ ਚੈਂਫਰ ਚੈਂਫਰ ਮੈਂ ਦੱਸਦਾ 2 ਤਰੀਕੇ ਦੀ ਚੈਂਫਰ ਹੁੰਦੀ ਹੈ ਇੱਕ ਹੁੰਦੀ ਹੈ
डिस्टेंस वाली चैम्फर, एक होंगी है डिस्टेंस वाली चैम्फर, एक होंगी है एंगल वाली चैम्फर। डिस्टेंस वाली दे विच दोनों साइड का डिस्टेंस दिता होगा, एंगल वाली दे विच एक डिस्टेंस ते एक एंगल दिता होगा। यानी सानू ड्राइंग देख के पछाणना पैना भी चैम्फर एंगल वाली लगावा या डिस्टेंस वाली लगावा। ठीक है, हुण लगानी कितना देखो, साढ़े को दो लाइन सीगियाँ। ठीक है, असी लिया चैम्फर, हुण डिस्टेंस वाली या एंगल वाली, मैं राइट क्लिक डिस्टेंस वाली। हुण कहिंदा पहला डिस्टेंस दसो, मैं कहा जी 15 का, दूजा डिस्टेंस दसो, मैं कहा जी 25 का। हुण जिहनू पहला सिलैक्ट करांगे उहदा 15 का, जिहनू बाद च सिलैक्ट करांगे उहदा 25 का। यानी कि हुण आ डिस्टेंस जिहड़ा हैगा है ये 15 हो गया, क्योंकि उन्होंने पहला सिलेक्ट किया सी, ते आ डिस्टेंस जिहड़ा हैगा ये 25 हो गया क्योंकि उन्होंने बाद हो गया। ठीक है, साढ़े को दो लाइन है चैम्फर, राइट क्लिक डिस्टेंस, वैल्यू दी एंटर, वैल्यू दी एंटर। हुण जिन्हों पहला सिलेक्ट किया उहदा 10 था, जिन्हों बाद सिलेक्ट किया उहदा। ठीक है, एंगल वाली चैम्फर च की होगा, 15 × 45 है चैम्फर, राइट क्लिक एंगल, 15 का डिस्टेंस, 45 का। हुण जिहनू पहला सिलेक्ट करूँगा वह 15 का डिस्टेंस, तो एंगल भी ओदा ही, ओदा डिस्टेंस तो एंगल भी ओदे तो, एदे तो 45 डिग्री। ठीक है, जे मैं एंगल चेंज कर देवां, 15 का डिस्टेंस 30 डिग्री एंगल, पहला मैं इनू सिलेक्ट कर लिया फिर इन, तो यानी हुण 30 डिग्री एदे तो एदा 30 डिग्री, तो डिस्टेंस केड़ा इनू क्योंकि पहला सिलेक्ट किया जी तो ये। ठीक है, ड्राइंग देखते हैं, 10 × 45 डिग्री, जो डिग्री दिती है तो दैट मीनस एंगल वाला एंगल, इतने 5 × 45 डिग्री। ठीक है, चैम्फर, राइट क्लिक एंगल, 10 का डिस्टेंस, 45 का एंगल। 10 का डिस्टेंस कि दिता आ वाला, चैम्फर, राइट क्लिक एंगल, 5 का डिस्टेंस, 45 का, जो 45 होगा वो तो सेम होगा। हाँ, 45 दोनों पास सेम है। हूँ 15 देता है इतों की इतने तक, ये 40 ये 25, यानी कि इतों की इतने तक भी 15 हो गए, यानी आ भी 15 तो आ भी 15। तो आप चैम्फर लगा सकते हैं डिस्टेंस वाली 15। ड्रॉइंग बनाना चाहते थी साड़ी। ठीक है, थले ला देने चैम्फर द्वारा, चैम्फर, राइट क्लिक डिस्टेंस 15 एंटर, 15 एंटर, चैम्फर, राइट क्लिक एंगल, 10 का डिस्टेंस, 45 का एंगल, आ 10 का डिस्टेंस, 45 का एंगल, चैम्फर, राइट क्लिक एंगल, 5 का डिस्टेंस, 45 ए, 5 का डिस्टेंस ए, ए हटे। ठीक, डिमेंशन बाद च देवांगे।